वाहे गुरु साहिब जियो, गुजरी महला पंजवां चौप दे, कर सतवां एक ओंकार सतगुर प्रसाद, क्रियाचार करें खट कर्मा इतराते संसारी, अंतर मैल ना उतरे हमें बिन गोर बाजी हारी। मेरे ठाकुर रख लेवो शरण तुहारी, कोट मधे को विरला सेवक होर सगले ब्योहारी, कोट मधे को विरला सेवक होर सगले ब्योहारी। परम सम्मान योग चवर छत्र तख्त दे मालिक वालिए कुल आलम धन श्री गुरु ग्रंथ साहिब पातशाह जी दे पावन पवित्र दरबार विच इस महीना वारी गुरमत समागम दियां हाजरियां भर रहे सत संगी जनों, गुरमत तत् दियां विचारां आप जी ने बड़े प्यार सत्कार नाल सरवण कीतियां ने। आओ कुछ समा गुरबाणी विचों जीवन जांच नूं सिखण दा जतन करिए। आप सरबत माई भाई बड़े प्यार सत्कार दे नाल आरंभता तो पहलां गुरबख्शी फतेह प्रवान करो। सारे आखो वाहिगुरु जी का खालसा वाहिगुरु जी की फतेह। गुरबाणी सिख दे जीवन दा आधार है ते हर एक गुरु के सिख दा ए फर्ज बनदे वी गुरु पातशाह जी दी बाणी तो सेध लैके अपने जीवन नू सोहना ते खूबसूरत बनावे। ये साडा सारियां दा फर्ज है ते ए जीवन दा टीचा भी है कि अपने गुरु प्रति कुर्बान होके समर्पण होके जीवन बतीत करना ते सतगुरु दी बाणी तो पल पल सेध लैके अपने आप नूं तोरना। पर बहुती वार संसारक तौर ते जदों असीं अपने आप नूं वेखदे हां ते ये गल साबित हुंदी है वी गुरु की जिहड़ी मत है ਉਹ ਕਿਤੇ ਨਾ ਕਿਤੇ ਸਾਡੀ ਮੱਤ ਥੱਲੇ ਦੱਬ ਜਾਂਦੀ ਹੈ ਤੇ ਇਨਸਾਨ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਵੀ ਜੀਵਨ ਵਿੱਚ ਅਸੀਂ ਆਪਣੇ ਆਖੇ ਮੁਤਾਬਕ ਆਪਣੀ ਸੋਚ ਮੁਤਾਬਕ ਤੁਰੀਏ। ਗੁਰੂ ਵਾਲੀ ਵਿਚਾਰਧਾਰਾ ਗੁਰੂ ਵਾਲੀ ਬੋਲੀ ਤੋਂ ਅਸੀਂ ਕੀ ਲੈਣਾ। ਪਰ ਗੁਰੂ ਸਾਹਿਬ ਜੀ ਨੇ ਜੋ ਸਿਧਾਂਤ ਸਾਡੀ ਝੋਲੀ ਵਿੱਚ ਪਾਏ ਤੇ ਆਵਾਜ਼ਾਂ ਮਾਰ ਮਾਰ ਕੇ ਗੱਲ ਕਹੀਏ ਵੀ ਗੁਰੂ ਕੇ ਸਿੱਖੋ ਆਓ ਬਾਣੀ ਪੜ੍ਹੋ ਵਿਚਾਰ ਕਰੋ ਤਾਂ ਕਿ ਤੁਹਾਨੂੰ ਪਲ ਪਲ ਇਸ ਗੱਲ ਦਾ ਅਹਿਸਾਸ ਹੋ ਸਕੇ ਕਿ ਜੀਵਨ ਕਿਸ ਜਗ੍ਹਾ ਤੇ ਲਿਆ ਕੇ ਖੜਾ ਕਰਨੇ। ਅੱਜ ਜਿਹੜਾ ਸ਼ਬਦ ਇਸ ਹਜ਼ੂਰੀ ਵਿੱਚ ਆਪਾਂ ਨੇ ਵਾਚਣੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨੇ ਸ਼ਬਦ ਹੈ। ਗੁਜਰੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 495 ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਪੈਮਾਨਾ ਸਾਡੇ ਸਾਹਮਣੇ ਰੱਖੇ। ਗੁਰੂ ਸਾਹਿਬ ਰਹਾਓ ਵਾਲੀਆਂ ਪੰਕਤੀਆਂ ਵਿੱਚ ਬੇਨਤੀ ਕਰਦੇ ਨੇ, ਸਾਹਿਬ ਨੇ ਕਿਹਾ ਮੇਰੇ ਠਾਕੁਰ ਰੱਖ ਲੇਵੋ ਸ਼ਰਨ ਤੁਹਾਰੀ। ਐ ਮੇਰੇ ਠਾਕੁਰ, ਇਹ ਸਹਾਰਾ ਦੇਣ ਵਾਲੇ ਰੱਬ ਜੀ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੁਸੀਂ ਸਾਡੀ ਲਾਜ ਰੱਖੋ। ਇਹ ਗੁਰੂ ਅਰਜਨ ਸਾਹਿਬ ਦੀ ਅਰਦਾਸ ਹੈ, ਬੇਨਤੀ ਹੈ।
ਪਰ ਅਗਲੀ ਗੱਲ ਪਾਤਸ਼ਾਹ ਨੇ ਬੜੀ ਖੂਬਸੂਰਤ ਕਹੀ। ਸਾਹਿਬ ਕਹਿੰਦੇ ਨੇ ਕੋਟ ਮੱਧੇ ਕੋ ਵਿਰਲਾ ਸੇਵਕ, ਸੰਸਾਰ ਅੰਦਰ ਕਰੋੜਾਂ ਵਿੱਚੋਂ ਕੋਈ ਵਿਰਲਾ ਹੈ ਜਿਹੜਾ ਸੇਵਕ ਹੈ। ਹੋਰ ਸਗਲੇ ਵਿਵਹਾਰੀ, ਹੋਰ ਜਿੰਨੇ ਵੀ ਸੰਸਾਰ ਵਿੱਚ ਨੇ, ਸਾਰੇ ਵਪਾਰੀ ਨੇ, ਸਾਰੇ ਵਪਾਰ ਕਰਦੇ ਨੇ, ਸਾਰੇ ਸੌਦੇਬਾਜ਼ੀ ਕਰਦੇ ਨੇ, ਕੋਈ ਵਿਰਲੇ ਕਰੋੜਾਂ ਤੋਂ ਜਿਹੜਾ ਸੇਵਕ ਹੈ ਅਤੇ ਗੁਰੂ ਦੀ ਵਿਚਾਰਧਾਰਾ ਅਨੁਸਾਰ ਤੁਰਦੇ। ਮੇਰੇ ਠਾਕੁਰ ਰੱਖ ਲੇਵੋ ਸ਼ਰਨ ਤੁਹਾਰੀ, ਕੋਟ ਮੱਧੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ, ਹੋਰ ਸਾਰੇ ਵਪਾਰੀ ਨੇ। ਇੱਕ ਛੋਟਾ ਜਿਹਾ ਨੁਕਤਾ, ਦੁਨਿਆਵੀ ਤੌਰ 'ਤੇ ਜੋ ਸਾਡੀ ਜ਼ਿੰਦਗੀ ਵਿੱਚ ਅਸੀਂ ਕਰਦੇ ਹਾਂ, ਵਪਾਰ ਕਿਵੇਂ ਹੁੰਦੇ, ਵਪਾਰ ਦਾ ਇੱਕ ਨਿਯਮ ਹੈ ਕੁਝ ਲੈਣਾ ਅਤੇ ਕੁਝ ਦੇਣਾ, ਇਹ ਵਪਾਰ ਦਾ ਨਿਯਮ ਹੈ। ਸੰਸਾਰ ਦੇ ਅੰਦਰ ਕਿਸੇ ਪਾਸੋਂ ਕੁਝ ਹਾਸਲ ਕਰਨਾ ਅਤੇ ਉਹਨੂੰ ਕੁਝ ਦੇਣਾ, ਉਹ ਚੀਜ਼ ਵੀ ਹੋ ਸਕਦੀ ਹੈ, ਉਹ ਪੈਸਾ ਵੀ ਹੋ ਸਕਦਾ, ਇਹ ਵਪਾਰ ਦਾ ਇੱਕ ਨਿਯਮ ਹੈ। ਗੁਰੂ ਪਾਤਸ਼ਾਹ ਜੀ ਨੇ ਕਿਹਾ ਸੰਸਾਰ ਅੰਦਰ ਜਿਹੜਾ ਇਨਸਾਨ ਵਪਾਰੀ ਹੈ ਉਹ ਸੇਵਕ ਨਹੀਂ ਹੋ ਸਕਦਾ ਅਤੇ ਜਿਹੜਾ ਸੇਵਕ ਹੈ ਉਹ ਵਪਾਰੀ ਨਹੀਂ ਹੋ ਸਕਦਾ। ਆਮ ਤੌਰ 'ਤੇ ਸਾਡਾ ਵਪਾਰ ਗੁਰੂ ਨਾਲ ਕਿਹੜਾ ਹੁੰਦਾ? ਜੇ ਅਸੀਂ ਆਪਣੇ ਆਪ ਨੂੰ ਸੇਵਕ ਬਣਾਉਣੇ ਤਾਂ ਇਹਨਾਂ ਵਿਚਾਰਾਂ ਨੂੰ ਸਮਝਣਾ ਪਏਗਾ, ਤਾਂ ਕਿ ਸਾਡੇ ਹਿਰਦੇ ਵਿੱਚ ਜਿਹੜੀ ਗੁਰੂ ਪ੍ਰਤੀ ਇਹ ਵਿਚਾਰਧਾਰੇ, ਜਿਹੜੀ ਪਾਤਸ਼ਾਹ ਦੀ ਬਾਣੀ ਵਿੱਚ ਪੜ੍ਹਦੇ ਹਾਂ ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਦੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਅੰਧਨ ਪੂਜੇ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਇਹ ਅਵਸਥਾ ਕਿਵੇਂ ਬਣੇਗੀ? ਮੰਨ ਲਓ ਅਸੀਂ ਗੁਰੂ ਦਰਬਾਰ ਵਿੱਚ ਕੋਈ ਮੰਗ ਰੱਖੇ, ਮੰਗ ਰੱਖਣ ਤੋਂ ਬਾਅਦ ਆਪਣੀ ਜ਼ਿੰਦਗੀ ਅੰਦਰ ਨਾਲ ਇੱਕ ਪੈਮਾਨਾ ਰੱਖਿਆ ਜਿਹਨੂੰ ਅਸੀਂ ਸੁਖਣਾ ਕਹਿੰਦੇ ਹਾਂ, ਵੀ ਗੁਰੂ ਸਾਹਿਬ ਜੇ ਤੂੰ ਸਾਡੇ ਦਰ ਕਿਰਪਾ ਸਦਕਾ ਸਾਡੇ 'ਤੇ ਬਖਸ਼ਿਸ਼ ਕਰਕੇ ਸਾਡੀ ਮੁਰਾਦ ਪੂਰੀ ਕਰ ਦੇਂਗਾ, ਤਾਂ ਅਸੀਂ ਇੰਨੇ ਦਿਨ ਕੋਈ 40 ਦਿਨ ਮਿਥਦੇ, ਕੋਈ 20 ਦਿਨ ਮਿਥਦੇ, ਇੰਨੇ ਦਿਨ ਤੇਰੇ ਦਰਬਾਰ ਵਿੱਚ ਸੇਵਾ ਕਰਾਂਗੇ। ਜੇ ਤੂੰ ਮੁਰਾਦ ਪੂਰੀ ਕਰੇਗਾ ਤਾਂ ਇੰਨੇ ਦਿਨ ਤੇਰੇ ਦਰਬਾਰ ਵਿੱਚ ਸੇਵਾ ਕਰਾਂਗੇ। ਹੁਣ ਜਿਹੜੀ ਸੁਖਣਾ ਸੀ ਸਮਾਂ ਆਉਣ 'ਤੇ ਮਾਲਕ ਨੇ ਕਿਰਪਾ ਕੀਤੀ, ਜੇ ਕਿਸੇ ਨੂੰ ਦੁਨਿਆਵੀ ਚੀਜ਼ ਚਾਹੀਦੀ ਸੀ ਉਹ ਮਿਲੀ, ਕਿਸੇ ਮਾਂ ਦੀ ਇਹ ਸੁਖਣਾ ਸੀ ਰੱਬ ਮੇਰੀ ਝੋਲੀ ਮੇਰੀ ਕੁੱਖ ਭਰੇ, ਉਹ ਹਰੀ ਭਰੀ ਹੋ ਗਈ। ਪਰ ਸਮਾਜ ਅੰਦਰ ਕਮਾਲ ਦੀ ਗੱਲ ਵੇਖੋ, ਗੁਰੂ ਨਾਲ ਪਹਿਲਾਂ ਸੌਦੇਬਾਜ਼ੀ ਕੀਤੀ, ਫਿਰ 40ਵੇਂ ਤੋਂ 41ਵਾਂ ਦਿਨ ਟੱਪਣ ਨਹੀਂ ਦਿੱਤਾ, ਬਸ ਜਿੰਨੀ ਸੌਦੇਬਾਜ਼ੀ ਸੀ ਉਹਨਾਂ ਸੌਦਾ ਲਿਆ ਅਤੇ ਉਹਨਾਂ ਗੁਰੂ ਦੇ ਨਾਲ ਸੇਵਾ ਕਮਾ ਲਈ। ਇਹਨੂੰ ਕਹਿੰਦੇ ਨੇ ਵਪਾਰ। ਇਸ ਵਪਾਰ ਤੋਂ ਸਿੱਖ ਨੇ ਆਪਣੇ ਆਪ ਨੂੰ ਉੱਚਾ ਚੁੱਕਣੇ। ਆਓ ਇਤਿਹਾਸ ਦੇ ਪੰਨੇ ਫਰੋਲ ਕੇ ਵੇਖਣ ਦਾ ਯਤਨ ਕਰੀਏ, ਗੁਰੂ ਨਾਲ ਪਿਆਰ ਕਿੰਨੇ ਕੀਤਾ, ਸੇਵਾ ਕਿੰਨੇ ਕੀਤੀ। ਵੈਸੇ ਆਪ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹੋ, ਕਦੀ ਧਿਆਨ ਮਾਰਨਾ ਗੁਰੂ ਅਰਜਨ ਸਾਹਿਬ ਦੇ ਪਾਵਨ ਵਾਕ ਨੇ, ਜਿੱਥੇ ਗੁਰੂ ਸਾਹਿਬ ਜੀ ਨੇ ਇੱਕ ਅਸ਼ਟਪਦੀ ਵਿੱਚ ਇੱਕ ਪੌੜੀ ਰਾਹੀਂ ਇੱਕ ਗੱਲ ਕਹੀ ਹੈ। ਕਹਿਣ ਲੱਗੇ ਸੰਸਾਰ ਦੇ ਲੋਕੋ, ਅਗਰ ਆਪਣੀ ਜ਼ਿੰਦਗੀ ਵਿੱਚ ਗੁਰੂ ਦੇ ਸੇਵਕ ਬਣਨੇ ਤਾਂ ਸੇਵਕ ਦਾ ਇਹ ਸਭ ਤੋਂ ਪਹਿਲਾ ਨਿਯਮ ਹੈ, ਉਹਦੇ ਅੰਦਰ ਕਾਮਨਾ ਕੋਈ ਨਾ ਹੋਵੇ। ਠੀਕ ਹੈ, ਅਸੀਂ ਗੁਰੂ ਸਾਹਿਬ ਤੋਂ ਇਹ ਗੱਲ ਮੰਗਣੀ ਹੈ, ਜੀਵਨ ਵਿੱਚ ਧਨ ਦੌਲਤ ਪਦਾਰਥ ਸੰਸਾਰਕ ਚੀਜ਼ਾਂ ਇਹਨਾਂ ਦੀ ਮੰਗ ਪਾਤਸ਼ਾਹ ਦੇ ਸਾਹਮਣੇ ਰੱਖਣੀ ਹੈ, ਕਿਉਂਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦੇਂਦੇ ਤੋਟ ਨਾ ਆਵੀ ਅਗੰਤ ਭਰੇ ਭੰਡਾਰ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਹੈ ਸ਼ਾਬਾਸ਼, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਪਰ ਗੁਰੂ ਸਾਹਿਬ ਕਹਿੰਦੇ ਨੇ ਸੇਵਾ ਦੇ ਦਾਇਰੇ ਵਿੱਚ ਤੂੰ ਆਪਣੀ ਜ਼ਿੰਦਗੀ ਵਿੱਚ ਕੋਈ ਮੰਗ ਨਹੀਂ ਰੱਖਣੀ। ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਆਪਣੀ ਕਿਰਪਾ ਜਿਸ ਆਪ ਕਰੈ ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਜਿਸ ਇਨਸਾਨ 'ਤੇ ਮਾਲਕ ਨੇ ਮਿਹਰਾਮਤ ਕੀਤੀ, ਗੁਰੂ ਦੀ ਸਿੱਖਿਆ ਅਨੁਸਾਰ ਤੁਰਿਆ। ਮੈਂ ਬੇਨਤੀ ਕਰਾਂ, ਕਦੀ ਇਤਿਹਾਸ ਦੇ ਪੰਨੇ ਫੜ ਕੇ ਵੇਖੀਏ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕੋਟ ਮੱਧੇ ਕਰੋੜਾਂ ਵਿੱਚੋਂ ਕੋਈ ਵਿਰਲੇ ਜਿਹੜਾ ਗੁਰੂ ਦਾ ਸੇਵਕ ਬਣਦੇ, ਨਹੀਂ ਤਾਂ ਸਾਰੇ ਵਪਾਰ ਕਰਦੇ ਨੇ। ਅਤੇ ਕਾਸ਼ ਸਾਡੀ ਕੌਮ ਵਿੱਚ ਸੇਵਕਾਂ ਦੀ ਵਿਚਾਰਧਾਰਾ ਅੱਗੇ ਨਿਕਲਦੀ ਅਤੇ ਵਪਾਰੀ ਬਿਰਤੀ ਘੱਟਦੀ। ਪਰ ਅੱਜ ਦੇ ਇਸ ਜ਼ਮਾਨੇ ਵਿੱਚ ਅਸੀਂ ਵਪਾਰੀ ਵਾਧਾਂ, ਸੇਵਕ ਘੱਟ। ਜੇ ਸੇਵਕ ਬਣੀਏ ਤਾਂ ਗੁਰੂ ਪਾਤਸ਼ਾਹ ਤੋਂ ਆਪਾਂ ਕੁਰਬਾਨ ਕਰਾਂਗੇ। ਜੇ ਸੇਵਕ ਬਣਾਂਗੇ ਗੁਰੂ ਕੀ ਹਰ ਇੱਕ ਮੱਤ ਸਾਨੂੰ ਚੰਗੀ ਲੱਗੇਗੀ।
ਜੇ ਸੇਵਕ ਬਣਾਂਗੇ ਗੁਰੂ ਦੀ ਵਿਚਾਰਧਾਰਾ ਤੋਂ ਕੁਰਬਾਨ ਜਾਵਾਂਗੇ, ਗੁਰਬਾਣੀ ਅਨੁਸਾਰ ਜੀਵਨ ਜਿਉਣ ਦਾ ਚਾਹ ਪੈਦਾ ਹੋਏਗਾ। ਪਰ ਕਾਰਨ ਕੀ ਹੈ, ਅਸੀਂ ਜਿੰਨੀ ਵਾਰ ਵੀ ਆਏ ਵਪਾਰੀ ਬਣ ਕੇ ਆਏ, ਗੁਰੂ ਨੇ ਦਿੱਤਾ ਉਹਨੀ ਸੇਵਾ ਕਰ ਲਈ, ਗੁਰੂ ਦੇ ਨਾਲ ਸੌਦੇਬਾਜ਼ੀ ਕਰ ਲਈ, ਇਸ ਵਪਾਰੀ ਬਿਰਤੀ ਨੇ ਧਰਮ ਵਾਲੀ ਵਿਚਾਰ ਤੋਂ ਸਾਨੂੰ ਦੂਰ ਕਰ ਦਿੱਤਾ। ਪਰ ਕਦੀ ਧਿਆਨ ਮਾਰ ਕੇ ਵੇਖੋ ਇਤਿਹਾਸ ਦਿਓ ਪੰਨੇ,